ਸੜਕ ਤੇ ਪਈਆਂ ਤਰੇੜਾਂ ਤੇ ਸੜਕ ਦੇ ਉੱਪਰ ਘਰ ਦਾ ਬਚਿਆ ਕੁਚਿਆ ਸਮਾਨ ਲੈ ਕੇ ਬੈਠੇ ਇਹਨਾਂ ਪਿੰਡ ਵਾਸੀਆਂ ਦੇ ਦੁੱਖਾਂ ਨੂੰ ਸ਼ਾਇਦ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ। ਤੋ ਸਾਫ ਤੌਰ ਪਰ ਆਪ ਦੇਖ ਪਾ ਰਹੇ ਕਿਸ ਤਰੀਕੇ ਸੇ ਸਥਿਤੀ ਹੋ ਰੱਖੀ ਹੈ। ਮੋਗਾ ਕੇ ਸਾਥ ਲਗਤੇ ਕਈ ਇਲਾਕੋ ਕੀ ਸਥਿਤੀ ਆਪ ਦੇਖ ਪਾ ਰਹੇ ਹੈ। ਮੋਗਾ, ਧਰਮਕੋਟ ਯਾ ਫਿਰ ਔਰ ਆਸ ਪਾਸ ਕੇ ਜਿਤਨੇ ਅਨਯ ਹਲਕੇ ਹੈ, ਵਹਾਂ ਪਰ ਸਥਿਤੀ ਜੋ ਹੈ ਕਾਫੀ ਭਿਆਵਕ ਹੈ। ਖੇਤੋ ਸੇ ਲੇਕਰ ਗਲੀਓ ਸੇ ਲੇਕਰ ਹਰ ਜਗ੍ਹਾ ਨਾਮੋ ਨਿਸ਼ਾਨ ਮਿਟ ਗਿਆ ਹੈ ਔਰ ਸੜਕ ਪਰ ਬੈਠ ਕਰ ਲੋਕ ਰਾਤ ਦਿਨ ਗੁਜ਼ਾਰ ਰਹੇ ਹੈ ਔਰ ਜੋ ਸਰਕਾਰੀ ਸਹੂਲਤੇ ਮਿਲ ਰਹੀ ਹੈ ਉਸੀ ਸੇ ਗੁਜ਼ਾਰਾ ਚਲਾ ਰਹੇ ਹੈ, ਚਾਹੇ ਇੱਕ ਵਕਤ ਕੀ ਰੋਟੀ ਹੋ ਯਾ ਫਿਰ ਅਨਯ ਚੀਜ਼ੇ। ਲੇਕਿਨ ਜ਼ਿੰਦਗੀ ਮੇਂ ਬਾੜ ਕੇ ਖਾਓ ਔਰ ਯਹ ਤਸਵੀਰੇ ਕੁਛ ਅਲੱਗ ਹੀ ਬਯਾਂ ਕਰ ਰਹੀ ਹੈ। ਹਰ ਜਗ੍ਹਾ ਪਾਣੀ ਹੀ ਪਾਣੀ, ਲੇਕਿਨ ਸਥਿਤੀ ਇਹ ਹੋ ਗਈ ਹੈ ਕਈ ਜਗ੍ਹਾ ਪਰ ਤੋ ਹਾਲ ਇਹ ਹੈ ਕਿਸੀ ਕੀ ਮ੍ਰਿਤਯੂ ਪਰ ਉਸਕੋ ਸ਼ਮਸ਼ਾਨ ਘਾਟ ਨਸੀਬ ਨਹੀਂ ਹੋ ਰਹਾ ਹੈ, ਸੜਕ ਪਰ ਹੀ ਅੰਤਿਮ ਸੰਸਕਾਰ ਕੀਆ ਜਾਤਾ ਹੈ। ਕਈ ਸਥਿਤੀ ਐਸੀ ਹੈ ਕਿ ਸ਼ਾਦੀ ਸਮਾਰੋਹ ਕੇ ਲਈ ਜਗ੍ਹਾ ਨਹੀਂ ਮਿਲਤੀ ਔਰ ਸ਼ਾਦੀ ਸਮਾਰੋਹ ਕਾ ਜੋ ਆਯੋਜਨ ਹੈ ਵੋ ਸੜਕ ਪਰ ਹੀ ਹੋਕਰ ਸੜਕ ਸੇ ਹੀ ਵਿਦਾਈ ਤੱਕ ਕੀ ਨੌਬਤ ਦੇਖਣੇ ਕੋ ਮਿਲ ਰਹੀ ਹੈ। ਇਹ ਤਸਵੀਰੇ ਹੈ ਪੰਜਾਬ ਕੇ ਅਲੱਗ ਅਲੱਗ ਖੇਤਰੋਂ ਕੀ।